ਪਹਿਲਾਂ ਤਾਂ ਜਦੋਂ ਆਏ ਜੀ ਇੱਥੇ ਜੇ ਜਥਾ ਇਹ ਪਹਿਲਾਂ ਵੀ ਯਾਤਰਾ ਆਈ ਸੀ ਸੰਨ 1994 ਦੇ ਵਿੱਚ 11 ਨਵੰਬਰ 1994 ਨੂੰ ਅਤੇ ਸੀਸਗੰਜ ਨੇ ਸਾਡੇ ਕੋਲ ਸਾਨੂੰ ਕਿਹਾ ਵੀ ਅਸੀਂ ਆਉਣਾ ਇੱਥੇ ਤਾਂ ਅਸੀਂ ਇਹਨਾਂ ਦਾ ਪੂਰਾ ਪ੍ਰਬੰਧ ਕੀਤਾ। ਉਸ ਤੋਂ ਬਾਅਦ ਉਹਨਾਂ ਆਪਣੀ ਮਰਿਆਦਾ ਦੇ ਮੁਤਾਬਕ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਯਾਤਰਾ ਲੈ ਕੇ ਆਏ ਅਤੇ ਉਹਨਾਂ ਨੇ ਪਾਣੀ ਲਿਆ ਕੇ ਬੜੀ ਬੜੀ ਸ਼ਰਧਾ ਦਿਖਾਈ। ਮੈਂ ਸਮਝਣਾ ਜਿਹੜੀ ਸ਼ਰਧਾ ਭਾਵਨਾ ਉਹਨਾਂ ਨੇ ਦਿਖਾਈ ਆ ਉਦੋਂ ਸਾਡਾ ਵੀ ਸਿਰ ਝੁਕਦਾ ਸੀ ਵੀ ਇੰਨੀ ਸ਼ਰਧਾ ਹਰ ਸਿੱਖ ਵਿੱਚ ਹੋਣੀ ਚਾਹੀਦੀ ਆ ਜਾਂ ਗੁਰੂ ਦੇ ਦਰ 'ਤੇ ਆਉਂਦਾ। ਤਾਂ ਉਹਨਾਂ ਨੇ ਆ ਕੇ ਪੌੜੀਆਂ ਧੋ ਕੇ ਗੁਰੂ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੀਆਂ ਅਤੇ ਫਿਰ ਉਹ ਅੰਦਰ ਲੰਘੇ ਸੀ। ਅੰਦਰ ਜਾ ਕੇ ਉਹਨਾਂ ਨੇ ਫਿਰ ਅਰਦਾਸ ਕੀਤੀ ਤਾਂ ਉਸ ਤੋਂ ਅਰਦਾਸ ਤੋਂ ਬਾਅਦ ਉਹਨਾਂ ਨੂੰ ਪ੍ਰਸ਼ਾਦ ਛਕਾਇਆ ਗਿਆ, ਲੰਗਰ ਛਕਾਇਆ ਗਿਆ ਬੜੇ ਮਨ ਅਤੇ ਸਨਮਾਨ ਦੇ ਨਾਲ। ਉਹ ਕਹਿੰਦੇ ਜੀ ਅਸੀਂ ਹੁਣ ਜਾਣਾ ਚਮਕੌਰ ਸਾਹਿਬ ਅਤੇ ਅਸੀਂ ਫਿਰ ਉੱਥੇ ਪੁੱਛਿਆ ਵੀ ਚਮਕੌਰ ਸਾਹਿਬ ਕਿਉਂ ਜਾਣਾ ਅਤੇ ਉਹਨਾਂ ਨੇ ਫਿਰ ਆਖਿਆ ਵੀ ਸਾਡੇ ਪਿਤਾ ਜੀ ਜਿਹੜੇ ਕਿਰਪਾ ਰਾਮ ਇਹ ਕਿਰਪਾ ਸਿੰਘ ਸਿੰਘ ਸੱਜ ਗਿਆ ਸੀ ਅਤੇ ਉੱਥੇ ਜਦੋਂ ਗੁਰੂ ਸਾਹਿਬ ਸ਼ਹੀਦ ਚਮਕੌਰਗੜ੍ਹ ਦੀ ਗੜ੍ਹੀ ਵਿੱਚ ਜੰਗ ਹੋਈ ਆ ਉੱਥੇ ਉਹ ਸ਼ਹੀਦੀ ਹੋਈ ਸੀ 40 ਸਿੰਘਾਂ ਦੇ ਨਾਲ ਉਹਨਾਂ ਦੀ, ਇਸ ਕਰਕੇ ਅਸੀਂ ਉੱਥੇ ਵੀ ਜਾਂਦੇ ਹਾਂ। ਇਹ ਸਾਨੂੰ ਉਹਨਾਂ ਨੇ ਦੱਸਿਆ, ਮੈਨੂੰ ਇਸ ਇਤਿਹਾਸ ਦੇ ਬਾਰੇ ਨਹੀਂ ਸੀ ਪਤਾ ਪਰ ਇਹ ਉਹਨਾਂ ਦੇ ਦੱਸਣ ਤੋਂ ਮੁਤਾਬਕ ਸਾਨੂੰ ਪਤਾ ਲੱਗਾ। ਅਤੇ ਲੇਕਿਨ ਉਸ ਵਕਤ ਅਸੀਂ ਅਤੇ ਸਾਰੀ ਸੰਗਤ ਦਿੱਲੀ ਦੀ ਬੇਸ਼ੁਮਾਰ ਦੁਨੀਆ 'ਤੇ ਇਕੱਠੀ ਹੋਈ ਸੀ। ਉਦੋਂ ਗੁਰਦੁਆਰੇ ਦੇ ਬਾਹਰ ਸੜਕਾਂ ਭਰੀਆਂ ਪਈਆਂ ਸੀ, ਮੈਂ ਦੇਖੇ ਸੀ ਵੀ ਪੰਡਿਤ ਕਿਵੇਂ ਆਇਆ ਅਤੇ ਕੀ ਕਹਿੰਦੇ ਆ ਅਤੇ ਕੀ ਕਰਦੇ ਆ। ਬੜੇ ਪ੍ਰਾਊਡ ਅਤੇ ਖੁਸ਼ੀ ਦੀ ਗੱਲ ਸੀ ਕਿ ਉਹਨਾਂ ਨੇ ਅਰਦਾਸ ਕੀਤੀ, ਅਸੀਂ ਅਰਦਾਸ ਸ਼ਾਮਿਲ ਹੋਏ ਅਤੇ ਅੱਜ ਉਹਦੇ ਮੁਤਾਬਕ ਜ਼ਮੀਨ ਸੰਬੰਧ ਇੱਦਾਂ ਲੱਗਦਾ ਜਿੱਦਾਂ ਨਫ਼ਰਤ ਕੀਤੀ ਹੋਵੇ ਵੀ ਇਹ ਕਿੱਥੋਂ ਆ ਗਏ ਵਿੱਚ, ਜਿੱਦਾਂ ਕਿਸੇ ਬਾਹਰ ਤੋਂ ਵਿਦੇਸ਼ੀ ਆਏ ਹੁੰਦੇ ਆ। ਗੁਰੂ ਘਰ ਦੇ ਵਿੱਚ ਮੈਂ ਇੱਕ ਦੱਸਣੀ ਚਾਹੁੰਦਾ, ਗੁਰੂ ਘਰ ਇੱਕ ਐਸਾ ਘਰ ਆ, ਇੱਥੇ ਬਾਬਰ ਨਤਮਸਤਕ ਹੋਇਆ ਗੁਰੂ ਨਾਨਕ ਨੂੰ, ਹਮਾਯੂ ਨਤਮਸਤਕ ਹੋਇਆ ਗੁਰੂ ਅੰਗਦ ਸਾਹਿਬ ਨੂੰ, ਅਕਬਰ ਨਤਮਸਤਕ ਹੋਇਆ ਜਾ ਕੇ ਗੁਰੂ ਅਮਰਦਾਸ ਨੂੰ, ਉਸ ਤੋਂ ਬਾਅਦ ਜਿਹੜਾ ਜਹਾਂਗੀਰ ਨਤਮਸਤਕ ਹੋਇਆ ਗੁਰੂ ਹਰਗੋਬਿੰਦ ਸਾਹਿਬ ਨੂੰ। ਸਾਰੇ ਗੁਰੂਆਂ ਨੂੰ ਇਹ ਰਾਜੇ ਮਹਾਰਾਜੇ ਉੱਤੇ ਜਾਂਦੇ, ਇਹਨਾਂ ਦਾ ਮਾਣ ਵੀ ਹੁੰਦਾ ਰਿਹਾ, ਸਭ ਦਾ ਸਨਮਾਨ ਹੁੰਦਾ ਰਿਹਾ, ਕਿਸੇ ਨੂੰ ਨਫ਼ਰਤ ਦਾ ਖਾਨਾ ਨਹੀਂ ਉੱਥੇ। ਜੇ ਇੱਕ ਬਣੇ ਕਿਸੇ ਨੇ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਥਾਨ ਬਣਾਇਆ ਨਾ ਪੱਲੇ ਪੈਸੇ ਦੇ ਇੱਕ ਹਿੰਦੂ ਨੇ ਅਤੇ ਉਹਦੇ ਜੇ ਜਾਂ ਬਨਾਰ ਖੜੇ ਕੀਤੇ ਸਿੱਖ ਕੌਮ ਨੇ, ਰਹਿੰਦੀ ਦੁਨੀਆਂ ਤੱਕ ਕੋਈ ਕਾਇਮ ਰਹੇਗਾ ਉਹਦਾ ਨਾਂ। ਅਤੇ ਦੂਜੇ ਬਣੇ ਪੀਰ ਮੀਆਂ ਮੀਰ ਨੇ ਮਰਿਆਦ ਰੱਖੀ ਆ ਮੁਸਲਮਾਨ ਨੇ, ਉਹਦਾ ਵੀ ਉਸੇ ਤਰ੍ਹਾਂ ਜੱਸ ਹੋ ਰਿਹਾ। ਇਸ ਕਰਕੇ ਸਿੱਖ ਧਰਮ 'ਚ ਵੱਡੀ ਤੋਂ ਵੱਡੀ ਵਡਿਆਈ ਇਹ ਆ, ਇੱਥੇ ਕੋਈ ਫਿਰਕਾ ਪ੍ਰਸਤੀ ਨਹੀਂ, ਇੱਥੇ ਕੋਈ ਦਵੈਤ ਨਹੀਂ, ਨਾ ਕੋਈ ਵੈਰੀ, ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣਾਈ। ਅਤੇ ਇਸ ਭਾਵਨਾ ਨੂੰ ਇਹਨਾਂ ਨੇ ਤਾਰ ਪੀਲੋ ਕੀਤਾ। ਇਹ ਜਿਹੜੇ ਦਿੱਲੀ ਦੇ ਦੋ ਚਾਰ ਸਿਰ ਪਰੇ ਪ੍ਰਧਾਨ ਤੁਰੇ ਫਿਰਦੇ ਆ, ਇਹ ਗੱਲ ਜਿਹੜੀ ਕਈ ਮਨਜੀਤ ਸਿੰਘ ਨੇ, ਅਸੀਂ ਉਹਨਾਂ ਨੂੰ ਮਿਲਾ ਕੇ ਸਨਮਾਨ ਤਾਂ ਕਰਾਂਗੇ ਕਰਾਂਗੇ, ਲੇਕਿਨ ਇਹ ਗੱਲ ਵੀ ਸਾਨੂੰ ਚੁੱਭਦੀ ਆ ਵੀ ਇਹਨਾਂ ਨੇ ਜੋ ਕੀਤਾ ਗਲਤ ਕੀਤਾ, ਉਹਨਾਂ ਤੋਂ ਖਿਮਾ ਵੀ ਮੰਗਾਂਗੇ ਔਰ ਇਹਨਾਂ ਨੂੰ ਅਸੀਂ ਨਿੰਦਿਆ ਕਰਦੇ ਹਾਂ ਜੀ।